ਰਾਤ ਵੇਲੇ ਕੁੜੀ ਦੇਖ ਭਟਕ ਨਾ ਜਾਇਆ ਕਰੋ। ਨੌਜਵਾਨੋ, ਐਸੀਆਂ ਕੁੜੀਆਂ ਤੁਹਾਨੂੰ ਕਰ ਦੇਣਗੀਆਂ ਬਰਬਾਦ। ਇਸ ਕੁੜੀ ਨੇ ਵੀ ਪਹਿਲਾਂ ਹੁਸਨ ਦਿਖਾ, ਨੌਜਵਾਨ ਨੂੰ ਪਾਇਆ ਚੋਗਾ, ਫਿਰ ਗੱਡੀ 'ਚ ਲਿਫਟ ਦੇ ਮਹਾਨੇ ਬੈਠ ਲੈ ਗਈ ਸੁੰਨਸਾਨ ਥਾਂ 'ਤੇ। ਗੱਡੀ 'ਚ ਵਿਛਾਇਆ ਅਦਾਵਾਂ ਦਾ ਹਨੀ ਟ੍ਰੈਪ ਅਤੇ ਫਿਰ ਬਣਾ ਲਈ ਅਸ਼ਲੀਲ ਵੀਡੀਓ। ਕੁਝ ਦੇਰ ਬਾਅਦ ਗੱਡੀ ਨੇੜੇ ਆ ਗਏ ਕੁੜੀ ਦੇ ਸਾਥੀ ਤੇ ਦੇਣ ਲੱਗੇ ਧਮਕੀਆਂ। ਵਿਚਾਰੇ ਮੁੰਡੇ ਤੋਂ ਲੁੱਟ ਕੇ ਲੈ ਗਏ ਹਜ਼ਾਰਾਂ ਰੁਪਏ। ਹੁਣ ਪੁਲਿਸ ਦੀ ਗ੍ਰਿਫਤ 'ਚ ਹੈ ਇਹ ਹਨੀ ਟ੍ਰੈਪ ਦਾ ਗਿਰੋਹ। ਤਾਂ ਮੋਹਾਲੀ ਦੇ ਜ਼ਿਰਕਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗਿਰੋਹ ਐਕਟੀਵੇਟ ਸੀ, ਇੱਕ ਔਰਤ ਤੇ ਉਸਦੇ ਦੋ ਸਾਥੀ। ਇਹ ਔਰਤ ਦੇਰ ਰਾਤ ਸੜਕ 'ਤੇ ਖੜ੍ਹੀ ਹੁੰਦੀ ਸੀ ਅਤੇ ਮਦਦ ਦੇ ਲਈ ਗੱਡੀਆਂ ਰੋਕਦੀ ਸੀ। ਜੇ ਕੋਈ ਗੱਡੀ ਰੁਕ ਜਾਵੇ ਉਹਨੂੰ ਕਹਿੰਦੀ ਸੀ ਕਿ ਲਿਫਟ ਦੇ ਦਿਓ। ਲਿਫਟ ਮਿਲਣ 'ਤੇ ਇਹ ਔਰਤ ਉਸ ਸ਼ਖਸ ਨੂੰ ਆਪਣੀਆਂ ਦਾਵਾਂ ਦੇ ਜਾਲ 'ਚ ਵਿਛਾ ਕੇ ਜੰਗਲਾਂ 'ਚ ਲੈ ਜਾਂਦੀ ਸੀ। ਅੱਗੋਂ ਨੌਜਵਾਨ ਵੀ ਐਕਸਾਈਟਡ ਹੋ ਕੇ ਇਹਨਾਂ ਨਾਲ ਜੰਗਲਾਂ 'ਚ ਚਲਾ ਗਿਆ, ਜਿਸ ਤੋਂ ਬਾਅਦ ਇਸਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਅਤੇ ਉਸਦੀ ਵੀਡੀਓ ਬਣਾ ਲਈ, ਫਿਰ ਬਲੈਕਮੇਲ ਕਰਕੇ 20,000 ਰੁਪਏ ਲੁੱਟ ਲਏ ਅਤੇ ਧਮਕੀਆਂ ਦੇਣ ਲੱਗੇ ਜਾਨੋ ਮਾਰਨ ਦੀ। ਮੁੰਡਾ ਪੁਲਿਸ ਕੋਲ ਗਿਆ ਤੇ ਹੁਣ ਪੁਲਿਸ ਨੇ ਇਸ ਹਨੀ ਟ੍ਰੈਪ ਗਿਰੋਹ ਨੂੰ ਕਾਬੂ ਕਰ ਲਿਆ। ਆਓ ਪੁਲਿਸ ਤੋਂ ਲੈਂਦੇ ਹਾਂ ਪੂਰੀ ਜਾਣਕਾਰੀ। ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਪੁਲਿਸ ਨੇ ਇੱਕ ਗੈਂਗ ਨੂੰ ਕਾਬੂ ਕੀਤਾ। ਇੱਕ ਹਨੀ ਟ੍ਰੈਪ ਮਾਮਲੇ 'ਚ ਕਿਸ ਤਰ੍ਹਾਂ ਲੋਕਾਂ ਨੂੰ ਫਸਾਉਂਦੇ ਸੀ, ਉਸ ਤੋਂ ਬਾਅਦ ਉਹਨਾਂ ਤੋਂ ਮੋਟੀ ਰਕਮ ਮੰਗਦੇ ਸੀਗੇ। ਹਾਲਾਂਕਿ ਪੁਲਿਸ ਕੋਲ ਜਦ ਮਾਮਲਾ ਪਹੁੰਚਦਾ ਹੈ ਤਾਂ ਪੁਲਿਸ ਨੇ 3 ਲੋਕਾਂ ਨੂੰ ਕਾਬੂ ਕੀਤਾ, ਇੱਕ ਕੁੜੀ ਅਤੇ 2 ਮੁੰਡੇ, ਕਿ ਕਿਸ ਤਰ੍ਹਾਂ ਇਹ ਪੂਰੀ ਰਾਤ ਨੂੰ ਗੈਂਗ ਨਿਕਲਦੀ ਸੀ ਔਰ ਇਕੱਲਾ ਜਿਹੜਾ ਪਰਸਨ ਹੁੰਦਾ ਸੀ ਉਸ ਨੂੰ ਰੋਕ ਕੇ ਉਹ ਤੋਂ ਪੈਸੇ ਜਿਹੜੇ ਹੈਗੇ ਉਹ ਮੰਗੇ ਜਾਂਦੇ। ਸਾਡੇ ਨਾਲ SHO ਜ਼ੀਰਕਪੁਰ ਨੇ। ਸਰ, ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਆਇਆ, ਪੂਰਾ ਮਾਮਲਾ ਕੀ ਸੀ ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ? ਮਨੋਜ ਜੀ, ਅਸੀਂ ਇੱਕ FIR ਨੰਬਰ 209 ਅੰਡਰ ਸੈਕਸ਼ਨ 384 ਪੁਲਿਸ ਸਟੇਸ਼ਨ ਜ਼ੀਰਕਪੁਰ ਦਰਜ ਕੀਤੀ ਹੈ, ਜਿਹਦੇ ਵਿੱਚ ਇੱਕ ਲੜਕੀ ਹੈਗੀ ਹੈ ਸੰਦੀਪ ਕੌਰ ਮਾਹੀ। ਇਹ 2 ਜਣਿਆਂ ਨਾਲ ਇਨਵੋਲਵ ਹੋ ਕੇ ਚੰਦਨ ਅਤੇ ਦੀਪਕ ਦੇ ਨਾਲ ਇਹ ਇੱਕ ਗੈਂਗ ਰਨ ਕਰ ਰਹੇ ਸੀ, ਐਕਸਟੋਰਸ਼ਨ ਗੈਂਗ ਰਨ ਕਰ ਰਹੇ ਸੀ। ਇਹ ਲੜਕੀ ਸੜਕਾਂ ਦੇ ਕਿਨਾਰੇ 'ਤੇ ਸ਼ਾਮ ਰਾਤ ਦੇ ਟਾਈਮ 'ਤੇ ਇਕੱਲੀ ਤੁਰੀ ਜਾਂਦੀ ਸੀਗੀ। ਕਿਸੇ ਬੰਦੇ ਨੂੰ ਜਦੋਂ ਕੋਈ ਬੰਦਾ ਆਉਂਦਾ ਸੀਗਾ ਉਹਨੂੰ ਹੱਥ ਦੇ ਕੇ ਅਤੇ ਫਿਰ ਸਾਈਡ 'ਤੇ ਕਿਸੇ ਪਾਰਕ 'ਚ ਜਾਂ ਕਿਸੇ ਸੁੰਨੀ ਜਗ੍ਹਾ 'ਚ ਚਲੇ ਜਾਂਦੇ ਸੀ। ਉੱਥੇ ਜਾ ਕੇ ਜਦੋਂ ਹੀ ਕੋਈ ਫਿਜ਼ੀਕਲ ਇੰਟੀਮੇਸੀ ਉਹ ਸਟਾਰਟ ਕਰਨ ਲੱਗਦਾ ਸੀ ਉਦੋਂ ਜਿਹੜੇ ਗੈਂਗ ਦੇ ਬਾਕੀ 2 ਬੰਦੇ ਹੈਗੇ ਨੇ ਉਹ ਮੌਕੇ 'ਤੇ ਪਹੁੰਚ ਜਾਂਦੇ ਸੀ। ਪਹਿਲਾਂ ਜਾ ਕੇ ਬੰਦੇ ਦੀ ਗਲਤ ਹਾਲਾਤ ਦੇ ਵਿੱਚ ਵੀਡੀਓ ਰਿਕਾਰਡ ਕਰਦੇ ਸੀ, ਉਹਦੇ ਤੋਂ ਬਾਅਦ ਉਹਦੇ ਤੋਂ ਮਨੀ ਐਕਸਟੋਰਟ ਕਰਦੇ ਸੀ। ਠੀਕ ਹੈ, ਅਤੇ ਸਰ, ਇਹ ਕਿੰਨੇ ਦਿਨਾਂ ਤੋਂ ਚੱਲ ਰਿਹਾ ਸੀਗਾ, ਜਦ ਪੁਲਿਸ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿੱਥੋਂ ਗ੍ਰਿਫਤਾਰੀ ਹੋਈ? ਇਹ ਸਾਡੀ ਸੀਕਰੇਟ ਇਨਫੋਰਮੇਸ਼ਨ 'ਤੇ ਅਸੀਂ ਉਹ ਕੀਤਾ ਆ, ਪਲੱਸ ਸਾਨੂੰ ਇਹਦੇ ਰਿਗਾਰਡਿੰਗ ਕੋਈ 1-2 ਕੰਪਲੇਂਟਸ ਵੀ ਆਈਆਂ ਸੀਗੀਆਂ ਸਾਡੇ ਇਹਨਾਂ ਦੇ ਫੋਨ 'ਚੋਂ 5-6 ਬੰਦਿਆਂ ਦੀਆਂ ਤਾਂ ਸਾਨੂੰ ਵੀਡੀਓਜ਼ ਮਿਲੀਆਂ ਹੈਗੀਆਂ ਨੇ, ਤਾਂ ਐਟਲੀਸਟ ਇਹਨਾਂ ਨੇ ਇੰਨੇ ਜੋ ਐਕਟਸ ਹੈਗੇ ਨੇ ਉਹਨਾਂ ਦੇ ਵਿੱਚ ਤਾਂ ਇਹ ਇਨਵੋਲਵਡ ਹੈਗੇ ਨੇ। ਇਹਦੇ 'ਚ ਇੱਕ ਹੋਰ ਚੀਜ਼ ਦੱਸਣ ਯੋਗ ਹੈ ਕਿ ਜਿਹੜਾ ਲੜਕਾ ਦੀਪਕ ਹੈ ਉਹਦੇ 'ਤੇ ਅਬਾਊਟ 15 FIR ਹੀਨੀਅਸ ਕ੍ਰਾਈਮ ਦੀਆਂ ਰਜਿਸਟਰਡ ਹੈਗੀਆਂ ਨੇ, ਅਤੇ ਥੋੜ੍ਹੀ ਦੇਰ ਪਹਿਲਾਂ ਹੀ ਉਹ ਜੇਲ੍ਹ 'ਚੋਂ ਬਾਹਰ ਆਇਆ ਸੀਗਾ ਅਤੇ ਬਾਹਰ ਆ ਕੇ ਉਹਨੇ ਇਹ ਗੈਂਗ ਸਟਾਰਟ ਕੀਤਾ। ਇਹ ਕੁੜੀ ਦੀ ਪ੍ਰੋਫਾਈਲ ਕੀ ਹੈ ਸਰ, ਕਿੱਥੇ ਦੀ ਰਹਿਣ ਵਾਲੀ ਹੈ, ਕਿੰਨੇ ਦਿਨਾਂ ਤੋਂ ਇਹ ਚੱਲ ਰਿਹਾ ਸੀਗਾ ਸਰ? ਇਹ ਹੁਣ ਜੋ ਹੁਣ ਸਾਨੂੰ ਪਤਾ ਲੱਗਿਆ ਕਿ ਜਦੋਂ ਦਾ ਇਹ ਦੀਪਕ ਹੈ ਉਹਦੀ ਇਹ ਅਲੈਜਿਡਲੀ ਇਹਨਾਂ ਰਿਲੇਸ਼ਨਸ਼ਿਪ ਹੈਗੀ ਹੈ, ਜਿਹੜੀ ਇਹ ਲੜਕੀ ਹੈਗੀ ਹੈ ਇਹ ਆਪਸ 'ਚ ਵਿਆਹ ਕਰਨਾ ਚਾਹੁੰਦੇ ਸੀਗੇ ਅਤੇ ਇੱਕ ਤੀਜੇ ਜਣੇ ਜੋ ਟੈਕਸੀ ਡਰਾਈਵਰ ਨਾਲ ਇਨਵੋਲਵ ਹੋ ਕੇ ਇਹ ਐਕਸਟੋਰਸ਼ਨ ਗੈਂਗ ਰਨ ਕਰ ਰਹੇ ਸੀ। ਠੀਕ ਹੈ, ਅਤੇ ਹੁਣ ਤੱਕ ਦੀ ਪੁੱਛਗਿੱਛ ਹੋਰ ਨਾਂ ਸਾਹਮਣੇ ਆਏ, ਹੋਰ ਕੰਪਲੇਂਟ ਸਾਹਮਣੇ ਆ ਰਹੀ ਹੈ ਸਰ? ਤਕਰੀਬਨ 5-6 ਬੰਦੇ ਹੈਗੇ ਨੇ ਜੋ ਘੱਟੋ ਘੱਟ ਇਹਨਾਂ ਨੇ ਆਪਣੇ ਇਸ ਗੈਂਗ ਦਾ ਵਿਕਟਿਮ ਜਿਹਨਾਂ ਨੂੰ ਬਣਾਇਆ ਹੈਗਾ
ਤੇ ਜਿਵੇਂ ਜਿਵੇਂ ਅਸੀਂ ਨਿਊਜ਼ ਵਾਇਰਲ ਹੋ ਰਹੀ ਹੈ ਕਿ ਤੁਹਾਡੇ ਮੀਡੀਅਮ ਰਾਹੀਂ ਜਾਂ ਕਿਸੇ ਹੋਰ ਰਾਹੀਂ ਹੋਰ ਲੋਕ ਸਾਨੂੰ ਅਪਰੋਚ ਕਰ ਰਹੇ ਨੇ, ਇਹ ਗੈਂਗ ਦੇ ਹੋਰ ਵੀ ਮੈਂਬਰ ਸਾਹਮਣੇ ਆਏ ਨੇ, ਹਜੇ ਤੱਕ ਇਨਵੋਲਵਮੈਂਟ ਕਿਸੇ ਹੋਰ ਦੀ ਵੀ ਆਈ ਹੈ? ਤੇ ਹੁਣ ਤੱਕ ਤਾਂ ਤਿੰਨ ਹੀ ਬੰਦਿਆਂ ਦਾ ਇਸ ਗੈਂਗ ਦੇ ਵਿੱਚ ਇਨਵੋਲਵਮੈਂਟ ਆਈ ਹੈਗੀ ਹੈ, ਉਹਨਾਂ ਤੇ ਅਸੀਂ FIR ਰਜਿਸਟਰ ਕਰਕੇ ਤਿੰਨਾਂ ਨੂੰ ਅਰੈਸਟ ਕਰਕੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਹੈਗਾ ਸਭ, ਕਿਉਂਕਿ ਲੋਕੀ ਡਰਦ ਵੀ ਜਾਂਦੇ ਆ ਕਿਸ ਤਰ੍ਹਾਂ ਦੇ, ਜਿਹੜਾ ਇਸ ਤਰ੍ਹਾਂ ਦੇ ਕੇਸਿਸ ਹੁੰਦੇ, ਲੋਕਾਂ ਨੂੰ ਕਿਸ ਤਰ੍ਹਾਂ ਤੁਸੀਂ ਅਵੇਅਰ ਕਰ ਰਹੇ ਹੋ? ਕਿਉਂਕਿ ਨਾਈਟ ਟਾਈਮ, ਹਾਲਾਂਕਿ ਪੁਲਿਸ ਹਰ ਵੇਲੇ ਪੈਟਰੋਲਿੰਗ ਹਰ ਵੇਲੇ ਮੌਜੂਦ ਨਹੀਂ ਹੋ ਸਕਦੀ, ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਅਵੇਅਰ ਕਰ ਰਹੇ ਹੋ? ਕਿਉਂਕਿ ਜ਼ੀਰਕਪੁਰ ਜਾਂ ਫਿਰ ਕਿਉਂਕਿ ਪੂਰਾ ਹੱਬ ਹੈ ਬਾਰਡਰ ਏਰੀਆ, ਉੱਥੇ ਇਸ ਤਰ੍ਹਾਂ ਦੀ ਚੀਜ਼ਾਂ ਹੋ ਰਹੀਆਂ? ਇੱਕ ਇਹ ਚੀਜ਼ ਇਨਸ਼ੋਰ ਕਰਨੀ ਬਹੁਤ ਜ਼ਰੂਰੀ ਹੈ ਕਿ ਰਾਤ ਦੇ ਟਾਈਮ ਕਿ ਵੈਨਵਰ ਯੂ ਸੀ ਸੰਬਡੀ ਕਿ ਜੋ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਐਂਟਾਈਸ ਕਰ ਰਿਹਾ ਆਪਣੇ ਵੱਲ, ਤੁਸੀਂ ਇੱਕ ਚੀਜ਼ ਇਮੀਡੀਏਟਲੀ ਤੁਹਾਡੇ ਦਿਮਾਗ 'ਚ ਸਟ੍ਰਾਈਕ ਕਰਨੀ ਚਾਹੀਦੀ ਹੈ ਕਿ ਵੀ ਇਟ ਕੈਨ ਬੀ ਅ ਸਮ ਟ੍ਰੈਪ ਆ ਹੋਰ, ਜਿਵੇਂ ਕਹਿੰਦੇ ਆ ਕਿ ਪੁਲਿਸ ਸਭ ਤੋਂ ਪਹਿਲਾਂ ਇੱਕ ਵਾਰ ਆਪਣੇ ਐਂਗਲ ਤੋਂ ਸੋਚ ਰਹੀ ਹੈ ਕਿ ਇਹਦੇ ਪਿੱਛੇ ਕੋਈ ਕ੍ਰਾਈਮ ਤਾਂ ਨਹੀਂ ਛੁਪਿਆ ਹੋਇਆ ਹੈਗਾ, ਤਾਂ ਲੋੜ ਇਹ ਹੈ ਕਿ ਆਮ ਬੰਦਾ ਵੀ ਥੋੜ੍ਹਾ ਜਿਹਾ ਇਨਵੈਸਟੀਗੇਟਿਵ ਮਾਈਂਡ ਨਾਲ ਚੱਲੇ, ਤਾਂ ਪ੍ਰੀਵੈਂਸ਼ਨ ਇਜ਼ ਦਾ ਬੈਸਟ ਕਿਓਰ ਜੀ, ਕੋਈ ਇਹੋ ਜਿਹੀ ਚੀਜ਼ ਦਾ ਸ਼ਿਕਾਰ ਹੀ ਨਾ ਹੋ। ਬਿਲਕੁਲ, ਤੇ ਸਰ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਸੀ ਕੁਝ ਹਜੇ ਤੱਕ ਇਨਵੈਸਟੀਗੇਸ਼ਨ? ਅਕੋਰਡਿੰਗ ਟੂ ਦ ਫਾਈਨੈਂਸ਼ੀਅਲ ਸਿਚੁਏਸ਼ਨ ਆਫ ਦਾ ਜਾਂ ਫਾਈਨੈਂਸ਼ੀਅਲ ਪੋਜੀਸ਼ਨ ਆਫ ਦਾ ਬੰਦਾ, ਜਦੋਂ ਉਹਦੀ ਵੀਡੀਓ ਬਣ ਜਾਂਦੀ ਸੀਗੀ ਫਿਰ ਉਹ ਤੋਂ ਦੁਬਾਰਾ ਇਹ ਐਕਸਟੋਰਸ਼ਨ ਚੱਲਦੀ ਰਹਿੰਦੀ ਸੀ, ਕਿਉਂਕਿ ਉਹਦੀ ਤਾਂ ਵੀਡੀਓ ਬਣਾ ਲੈਂਦੇ ਸੀਗੇ, ਤਾਂ ਉਹ ਦੂਸਰਾ ਬੰਦਾ ਹੁੰਦਾ ਸੀ ਉਹ ਮਜਬੂਰ ਹੋ ਜਾਂਦਾ ਸੀਗਾ ਇਹਨਾਂ ਨੂੰ ਪੈਸੇ ਦੇਣ ਵਾਸਤੇ, ਫਿਰੌਤੀ ਦੇਣ ਵਾਸਤੇ। ਤਾਂ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਬੜੀ ਹੀ ਬਹੁਤ ਲੋੜ ਹੈ ਇਸ ਤਰ੍ਹਾਂ ਦੇ, ਜਿਹੜੇ ਹਨੀ ਟ੍ਰੈਪ ਮਾਮਲੇ 'ਚ ਕਿਸ ਤਰ੍ਹਾਂ ਫਸਾਇਆ ਜਾਂਦਾ ਹੈ, ਕਿਸ ਤਰ੍ਹਾਂ ਜਿਹੜੇ ਰਾਤ ਦੇ ਸਮੇਂ ਜਿਸ ਤਰ੍ਹਾਂ ਦੇ ਇਹ ਪੂਰੀ ਗੈਂਗ ਚੱਲਦੀ ਹੈ, ਲੋਕਾਂ ਨੂੰ ਵੀਡੀਓ ਬਣਾਈ ਜਾਂਦੀ ਹੈ ਔਰ ਵੀਡੀਓ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਡਿਮਾਂਡ ਕੀਤੀ ਜਾਂਦੀ ਹੈ, ਇਹ ਪੂਰਾ ਜਿਹੜਾ ਨੈਕਸਸ ਹੈ ਉਹ ਜ਼ੀਰਕਪੁਰ ਦੇ ਵਿੱਚ ਪੂਰਾ ਸਕਰੀ ਹੈ, ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ। ਜ਼ੀਰਕਪੁਰ ਤੋਂ ਕੈਮਰਾਮੈਨ ਸਰਮਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।